ਸਾਨ ਭਰਾਵੋ ਤੇ ਮੇਰੀਓ ਭੈਣੋ ਬਹੁਤ ਲੰਮੇ ਸਮੇਂ ਤੋਂ ਤੁਸੀਂ ਸਾਡਾ ਇੱਕੋ ਹੀ ਪ੍ਰਚਾਰ ਸੁਣ ਰਹੇ ਹੋ ਕਿ ਅਸੀਂ ਤਿੰਨਾ ਕਾਨੂੰਨਾਂ ਦੀ ਲੜਾਈ ਕਿੱਥੋਂ ਛੇੜ ਕੇ ਕਿੱਥੇ ਲਿਆਂਦੀ ਨਾਲੇ ਵੀ ਗੱਲਾਂ ਸੁਣਦੇ ਹੋ ਵੀ ਤਿੰਨ ਕਾਨੂੰਨਾਂ ਨੂੰ ਵਾਪਸ ਕਰਾ ਕੇ ਸਾਡੀ ਲੜਾਈ ਨੇ ਮੁੱਕਣਾ ਨਹੀਂ ਅਸਲ ਵਿੱਚ ਜੇ ਇਹ ਕਾਨੂੰਨ ਵਾਪਸ ਹੋ ਜਾਂਦੇ ਦੋ ਚਾਰ ਮਹੀਨਿਆਂ ਬਾਅਦ ਤੰਸ਼ਾ ਇਸ ਲੜਾਈ ਨੇ ਬਹੁਤ ਛੰਡੇ ਪੈ ਜਾਣਾ ਸੀ ਇਸ ਲੜਾਈ ਦਾ ਲੰਮਾ ਹੋਣਾ ਸਾਨੂੰ ਇਹ ਲੱਗ ਜਾਂਦਾ ਹੈ ਵੀ ਸ਼ਾਇਦ ਚੰਗਾ ਹੀ ਹੈ ਪਰ ਤੁਸੀਂ ਕਿਉਂਕਿ ਕੋਹਲਾਂ ਦੇ ਵਿੱਚ ਪਹਿਲੀ ਵਾਰ ਆਏ ਹੋ ਅਤਾਵਲੇ ਹੋ ਘਰਾਂ ਨਾਲ ਜੁੜੇ ਹੋਏ ਹੋ ਨਿਜੀ ਕੰਮ-ਤੰਦਿਆਂ ਦੇਰ ਜਾਂ ਵਾਦੇ ਜਾਂਦੇ ਨੇ ਸਾਡੇ ਲੀਡਰ ਵੀ ਵਿਆਹ ਵੀ ਹੁੰਦੇ ਨੇ ਖੁਸ਼ੀਆਂ ਕਮੀਆਂ ਵੀ ਹੁੰਦੀਆਂ ਨੇ ਠੰਡੀਆਂ ਤਤੀਆਂ ਰਾਤਾਂ ਵੀ ਉਤੋਂ ਦੀ ਲੰਘਦੀਆਂ ਨੇ ਬਹੁਤ ਵੱਡਾ ਹਿੱਸਾ ਤੁਹਾਡੇ ਵਿੱਚ ਇਹੋ ਜਿਹਾ ਵੀ ਹੋਣਾ ਜਿਨ੍ਹਾਂ ਨੇ ਕਦੇ ਘਰੇ ਘਰ ਤੋਂ ਬਾਹਰ ਰਾਤ ਨਹੀਂ ਕੱਟੀ ਉਹ ਹਿੱਸਿਆਂ ਨੂੰ ਜਦੋਂ ਸਾਲਾਂ ਬੱਧੀ ਕਿਸੇ ਮੋਰਚੇ 'ਚ ਲੜਨਾ ਪੈਂਦਾ ਤਾਂ ਜੋ ਨਿਰਾਸ਼ਤਾ ਆ ਜਾਂਦੀ ਹੈ ਵੀ ਯਾਰ ਬਹੁਤ ਲੰਮਾ ਹੋ ਗਿਆ ਨਿਰਾਸ਼ਤਾ ਉਸ ਗੱਲ ਚ ਆਉਂਦੀ ਹੈ ਜਦੋਂ ਅਸੀਂ ਕਈਏ ਵੀ ਯਾਰ ਜਾਵਾਂਗੇ ਤੇ ਜਾਣ ਸਾਰ ਮੁੰਡਿਆਂ ਵਾਂਗੇ ਬਾਈ ਤੇ ਮੁੜੀਏ ਸਾਲ ਨਾ ਅਸੀਂ ਸੋਨ ਜਦੋਂ ਲਿਆਂਦਾ ਹੈ ਇਹ ਗੱਲ ਪੱਕੇ ਤੌਰ ਤੇ ਕਹਿ ਕੇ ਲਿਆਂਦੀ ਹੈ ਵੀ ਲੜਾਈ ਬਈ ਜੀ ਵੱਡੀ ਹੈ ਤੇ ਦੁਸ਼ਮਣ ਡਾਢ ਹੈ ਡਾਢੇ ਦੁਸ਼ਮਣ ਨਾਲ ਬੇਮੇਚੀ ਟੱਕਰ ਚ ਜਦੋਂ ਅਸੀਂ ਪੈਨੇ ਆ ਤਾਂ ਉਦੋਂ ਤਾਂ ਫਿਰ ਇਹਨਾਂ ਗੱਲਾਂ ਦਾ ਖਿਆਲ ਰੱਖਣਾ ਹੀ ਪੈਂਦਾ ਹੈ ਕਿ ਬੇਮੇਚੀ ਟੱਕਰ ਤੇ ਡਾਡੇ ਦੁਸ਼ਮਣ ਨਾਲ ਜਦੋਂ ਟੱਕਰ 'ਚ ਬਰਾਬਰ ਖੜਦੇ ਆ ਤਾਂ ਨੁਕਸਾਨ ਤਾਂ ਭਾਈ ਉਦੋਂ ਫਿਰ ਖਰਬੂਜੇ ਦਾ ਹੀ ਹੁੰਦਾ ਨੁਕਸਾਨ ਤਾਂ ਉਦੋਂ ਮਾੜੇ ਦਾ ਹੁੰਦਾ ਏਸ ਕਰਕੇ ਜਾਣਦੇ ਹੋયા ਵੀ ਵੀ ਸਾਡੀ ਉਹਨਾਂ ਲੋਕਾਂ ਨਾਲ ਟੱਕਰ ਹੈ ਜਿਨ੍ਹਾਂ ਲੋਕਾਂ ਦੇ ਕੋਲੇ ਸਾਰੇ ਸਾਧਨ ਨੇ ਜਿਨ੍ਹਾਂ ਦੇ ਕੋਲੇ ਸਾਰੇ ਸਾਧਨਾਂ ਦੇ ਨਾਲ ਜਿਹੜੇ ਸਾਡੇ ਦੇ ਉੱਤੇ ਭਾਰੇ ਪਏ ਹੋਏ ਨੇ ਉਹਨਾਂ ਨਾਲ ਲੜਨਾ ਤੇ ਜਿਨ੍ਹਾਂ ਨੇ ਲੜਨਾ ਉਹ ਹੱਥਾਂ ਦੇ ਵੀ ਖਾਲੀ ਨੇ ਜੇਬਾਂ ਦੇ ਵੀ ਖਾਲੀ ਨੇ ਇਹ ਕੋਈ ਛੋਟੀ ਲੜਾਈ ਨਹੀਂ ਭਾਈ ਐ ਖਾਲੀ ਹੱਥ ਬੰਦੇ ਨੇ ਕਹਤਿਆਰ ਬੰਦ ਫੌਜਾਂ ਦੇ ਮੁਕਾਬਲੇ ਤੇ ਖੜਨਾ ਇਹ ਛੋਟੀ ਲੜਾਈ ਨਹੀਂ ਕਿਹਾ ਜਾ ਸਕਦਾ ਫਿਰ ਜਦੋਂ ਇਸ ਗੱਲ ਦਾ ਪਤਾ ਵੀ ਲੜਾਈ ਵੱਡੀ ਐ ਟੱਕਰ ਬੇਮੇਚੀ ਐ ਦੁਸ਼ਮਣ ਡੱਡ ਐ ਤੇ ਫਿਰ ਹੌਸਲਾ ਕਰਕੇ ਅੱਖਾਂ 'ਚ ਲਾਲੀ ਪਾ ਕੇ ਦੁਸ਼ਮਣ ਨੂੰ ਬੰਗਾਰਨਾ ਇਹ ਛੋਟੀ ਗੱਲ ਨਹੀਂ ਹੁੰਦੀ ਆ ਲੜਾਈ ਬਈ ਹੱਥ 'ਚ ਫੜੀ ਆ ਤੁਸੀਂ ਇੱਕਲੀ ਹੱਥ 'ਚ ਨਹੀਂ ਫੜੀ ਖੜੇ ਹਾਂ ਡਟੇ ਹਾਂ ਇਹ ਸਿੰਬਲ ਬਣਿਆ ਦਿੱਲੀ ਦਾ ਮੋਰਚਾ ਦੁਨੀਆ ਦੇ ਵਿੱਚ ਇੱਕ ਐਗਜ਼ਾਮਪਲ ਬਣਿਆ ਇੱਕ ਆਧਾਰਨ ਬਣਿਆ ਆਹ ਸਿੰਬਲ ਹੈ ਮੋਰਚਾ ਇਸ ਵੇਲੇ ਹਿੰਦੁਸਤਾਨ ਦੀ ਕੁੱਲ ਸ਼ਾਸਤ ਇਹਦੇ ਆਲੇ-ਦਾਲੇ ਘੁੰਮਦੀ ਹੈ ਤੇ ਦੁਨੀਆ ਦੀ ਕੁੱਲ ਸ਼ਾਸਤ ਅਸ ਵੇਲੇ ਇਸ ਮੋਰ ਤੇ ਦੀ ਚਰਚਾ ਕਰਦੀ ਆ ਭਾਈ ਇਹ ਸਿੰਬਲ ਦੇ ਦੁਆਲੇ ਘੁੰਮਦੀ ਹੈ ਅਸੀਂ ਅੱਗੇ ਵਧ ਰਹੇ ਹਾਂ ਦੁਸ਼ਮਣ ਪਿੱਛੇ ਹਟ ਰਿਹਾ ਹੈ ਅਸੀਂ ਖਾਲੀ ਹੱਥਾਂ ਉਹ ਆਪਦੇ ਸਾਰੇ ਸਾਧਨਾਂ ਨਾਲ ਲੈਸ ਕਿਉਂਕਿ ਖ਼ਬਰਾਂ ਦੱਸ ਰਹੀਆਂ ਨੇ ਅੱਜ ਤੋਂ 1 ਮਹੀਨਾ ਪਹਿਲਾਂ ਤੁਹਾਨੂੰ ਯਾਦ ਹੋਣਾ ਮੈਂ ਐਸੇ ਸਟੇਜ ਤੋਂ ਤੁਹਾਨੂੰ ਕਿਹਾ ਸੀ ਕਿ ਦੁਸ਼ਮਣ ਨੂੰ ਅਸੀਂ ਅੰਦਰੋਂ ਮਾਰਾਂਗੇ ਇਹ ਆਪਣੇ ਬਚਨ ਨਾਲ ਆਪ ਮਰੂਗਾ ਇਹਨੂੰ ਅਸੀਂ ਅੰਦਰੋਂ ਤੋੜਾਂਗੇ ਇਹਨੂੰ ਅਸੀਂ ਅੰਦਰੋਂ ਕਮਜ਼ੋਰ ਕਰਾਂਗੇ ਆ ਜੋਨਾਂ ਦੇ ਮੰਤਰੀ ਉਹਨਾਂ ਦੇ ਹਿਮਾਚਲ ਦੇ ਵਿੱਚ ਉਹਨਾਂ ਦੀ ਹਾਰ ਤੋਂ ਬਾਅਦ ਉਹਨਾਂ ਦੇ ਸੀਨੀਅਰ ਮੰਤਰੀ ਨੇ ਬਿਆਨ ਦਿੱਤਾ ਕਿ ਸਾਡੀ ਹਾਰ ਦਾ ਕਾਰਨ ਮਹਿੰਗਾਈ ਹੈ ਜਦੋਂ ਉਹਨਾਂ ਦੇ ਮੰਤਰੀ ਉਹਨਾਂ ਦੇ ਵਿਚਲੇ ਬੰਦੇ ਉਹਨਾਂ ਦੀ ਪੇਰ ਕਾ ਗਾਂਧੀ ਉਹਨਾਂ ਦਾ ਬਰੂਣ ਗਾਂਧੀ ਉਹਨਾਂ ਦਾ ਬਘੇਲਾ ਤੇ ਉਹਨਾਂ ਦੇ ਗਜਰਾਤ ਦੇ ਵਿੱਚ ਇਹਦੇ ਵਿੱਚ ਬੈਠੇ ਰਾਜਨਾਥ ਵਰਗੇ ਗੜਗਰੀ ਵਰਗੇ ਜਦੋਂ ਬੋਲਦੇ ਨੇ ਆਬਦੀ ਪਾਰਟੀ ਦੇ ਖਿਲਾਫ ਬੋਲਦੇ ਨੇ ਤਾਂ ਸੋਡਾ ਰਸਤਾ ਜਿੱਤ ਵੱਲ ਨੂੰ ਜਾ ਰਿਹਾ ਤੁਸੀਂ ਵੱਧ ਰਹੇ ਹੋ ਅੱਗੇ ਇਹ ਛੋਟੀ ਗੱਲ ਨਹੀਂ ਹੈ ਸਾਰਿਆਂ ਨੂੰ ਪਤਾ ਬਾਈ ਅਸੀਂ ਲੜਾਈ ਲੜਦਿਆਂ ਨੂੰ 1 ਸਾਲ ਹੋ ਗਿਆ ਮੈਂ ਅੱਜ ਪਹਿਲੀ ਵਾਰ ਦੇਖਣਾ ਕਿ ਸਾਡਾ ਪੰਡਾਲ ਬਹੁਤ ਛਿੱਧਾ ਹੈ ਜਨੇ ਪੂਰੇ 11 ਮਹੀਨਿਆਂ ਤੋਂ ਟੱਪ ਚੱਲਿਆ ਸਮਾਂ ਅੱਜ ਮੈਂ ਆਪਣੇ ਪੰਡਾਲ ਨੂੰ ਪਹਿਲੀ ਵਾਰੀ ਛਿੱਧਾ ਦੇਖਿਆ ਮੱਠਾ ਦੇਖਿਆ ਤੇ ਦਾ ਇੱਕ ਕੋਈ ਕਾਰਨ ਹੈ ਕੰਮ ਨਹੀਂ ਹੈ ਇਹਦਾ ਕਾਰਨ ਇਹਦਾ ਕਾਰਨ ਦਿਵਾਲੀ ਦਿਵਾਲੀ ਵੀਰੋ ਸਾਡੀ ਦਿਵਾਲੀ ਤਾਂ ਫਿਰ ਉਦਾਂ ਹੋਣੀ ਐ ਜਿੱਦਾਂ ਸਾਡੇ ਬੱਚਿਆਂ ਦੀ ਜ਼ਿੰਦਗੀ ਦੇ ਭਵਿੱਖ ਵਿੱਚ ਜਾਣਨ ਹੋਇਆ ਸਾਡੀ ਕਾਜੀ ਦਿਵਾਲੀ ਐ ਅਸੀਂ ਆਪਣੀ ਖਾਤਰ ਨਹੀਂ ਸਾਡੀਆਂ ਕੁਝ ਲੰਘ ਗਈਆਂ ਕੁਝ ਲੰਘ ਜਾਣ ਗਈਆਂ ਰੌਲਾ ਤਾਂਉਣ ਵਾਲੀ ਜਨਰੇਸ਼ਨ ਦਾ ਹੈ ਜਿਹੜੀ ਜਨਰੇਸ਼ਨ ਦੇ ਬਾਅਦ ਸਾਡੇ ਹਾਕਮ ਕੰਡੇ ਬੀਜੀ ਜਾਂਦੇ ਨੇ ਆਲਮੀ ਤਫਸਿਲ ਦਾ ਜ਼ਿਕਰ ਹੋਇਆ ਅਖਬਾਰਾਂ 'ਚ 200 ਮੁਲਕਾਂ ਦੀ ਮੀਟਿੰਗ ਹੋਈ ਹੈ ਆਲਮੀ ਤਫਸਿਲ ਦੇ ਦੋਸ਼ ਦੋਸ਼ੀ ਸਾਡੇ ਹਾਕਮ ਵੀ ਨੇ ਵਿਦੇਸ਼ੀ ਹਾਕਮ ਵੀ ਨੇ 2015 ਦੇ ਵਿੱਚ ਇੱਕ ਸਮਝੌਤਾ ਹੋਇਆ ਪੈਰਿਸ ਦੇ ਵਿੱਚ ਕਿ ਜਿਹੜੇ ਵਿਕਸਿਤ ਮੁਲਕ ਨੇ ਜਿਹਦੇ ਵਿੱਚੋਂ ਅਮਰੀਕਾ ਤੇ ਚੀਨ ਵੱਡੇ ਮੁਲਕ ਨੇ ਵਿਕਾਸਸ਼ੀਲ ਮੁਲਕਾਂ ਨੂੰ 100 ਅਰਬ ਰੁਪਇਆ ਹਰ ਸਾਲ ਸਨਾਨਾ ਅਭਜਾਨੇ ਵਜੋਂ ਦੇਆ ਕਰਨ। ਪਰ ਟਰੰਪ ਜਦੋਂ ਸਤਾ ਚਾਇਆ ਉਹਨੇ ਇਸ ਪੈਰਿਸ ਦਾ ਸਮਝੌਤਾ ਰੱਦ ਕਰ ਦਿੱਤਾ। ਸਾਡੇ ਹਾਕਮ 1991 ਦੇ ਸਮਝੌਤੇ ਉਹ ਬਿਸ਼ਪ ਪਰ ਸੰਸਥਾ ਦੇ ਸਮਝੌਤੇ ਨਰਦ ਕਿਉਂ ਨਹੀਂ ਕਰਦੇ ਬਾਈ ਸਾਡੇ ਹਾਕਮ ਉਹ 1991 ਦੀਆਂ ਨੀਤੀਆਂ ਅੱਜ ਤੋਂ 30 ਸਾਲ ਪਹਿਲਾਂ ਦੇ ਕੀਤੇ ਹੋਏ ਦਸਕਤਾਂ ਤੇ ਆਪਦੇ ਪਰਨ ਪਗਾਉਣ ਦੇ ਵਚਨਬੱਧ ਨੇ ਉਹ ਨੀਤੀਆਂ ਲਾਗੂ ਕਰਦੇ ਆਦਿਵਾਸੀ ਇਲਾਕੇ ਬਾਰੇ ਜੇ ਚਰਚਾ ਸੁਣੀ ਹੋਣੀ ਤੁਸੀਂ ਇਹ ਨਹੀਂ ਹੈ ਵੀ ਇਹ ਮੋਦੀ ਇਕੱਲਾ ਇਹ ਮੋਦੀ ਤੋਂ ਪਹਿਲੇ ਵੀ ਇਹੀ ਕਰਦੇ ਹੁੰਦੇ ਸੀ ਜੰਗਲਾਂ 'ਚ ਰਹਿੰਦੇ ਲੋਕ ਨੇ ਜਿੱਥੇ ਕਿਤੇ ਸਾਬਣ ਨਹੀਂ ਟੂਥਪੇਸਟ ਨਹੀਂ ਜਿਹੜੇ ਜਾਣਦੇ ਵੀ ਨਹੀਂ ਜਿਨ੍ਹਾਂ ਨੂੰ ਨਹਾਉਣ ਦੇ ਕੱਪੜੇ ਵੀ ਦਰਖਤਾਂ ਚ ਲੈ ਪਾ ਕੇ ਧੋ ਕੇ ਸਿਕਾਉਣ ਕੇ ਪਾ ਕੇ ਪਾਉਣੇ ਪੈਂਦੇ ਨੇ ਉਹੀ ਕੱਪੜੇ ਨੇ ਉਹਨਾਂ ਨੂੰ ਹੀ ਬਦਲਣਾ ਉਹਨਾਂ ਦੇ ਦਰਖਤਾਂ ਦੇ ਵਿੱਚ ਲੁਪੇ ਇਹਨਾਂ ਨੀਵਾ ਜੀਵਾਂ ਜੀਵਨ ਪੱਧਰ ਉਹਨਾਂ ਦਾ ਜੰਗਲਾਂ ਤੇ ਕਬਜ਼ੇ ਕਰਨ ਚਲੇ ਗਏ ਕਹਿੰਦੇ ਤੁਹਾਡਾ ਜੀਵਨ ਸੁਧਾਰਨ ਹੈ ਜਦੋਂ ਬੁੱਧੀ ਜੀਵੀਆਂ ਨੇ ਪੜਤਾਲ ਕੀਤੀ ਵੀ ਸੱਚਮੁੱਚ ਇਹਨਾਂ ਨੂੰ ਆਦਿਵਾਸੀ ਲੋਕਾਂ ਦਾ ਫਿਕਰ ਪੈ ਗਿਆ ਉਦੋਂ ਪੜਤਾਲ ਚ ਪਿਆ ਵੀ ਜਿਹੜਾ ਐਗਰੀਮੈਂਟ ਕੀਤਾ ਹੋਇਆ ਹੈ ਜਿਹੜੇ ਇਹ ਜੰਗਲ ਨੇ ਇਹ ਜੰਗਲਾਂ ਦੇ ਵਿੱਚ ਧਾਤਾਂ ਆਂ ਜੀਆਂ ਵੱਡੀਆਂ ਖਾਣਾ ਨੇ ਸੋਨੇ ਜਿਹੇ ਖਾਣਾ ਤਾਂਬੇ ਜਿਹੇ ਖਾਣਾ ਲੋਹੇ ਜਿਹੇ ਖਾਣਾ ਬਹੁਤ ਕੀਮਤੀ ਮਾਲ ਹੈ ਇਹਦੇ ਵਿੱਚ ਵੱਡੀਆਂ ਕੰਪਨੀਆਂ ਨਾਲ ਸਾਡੇ ਦੇਸ਼ ਦੇ ਮਹਾਕਮ ਹਸਮਝੋਤਾ ਕਰੀ ਬੈਠੇ ਨੇ ਉਹ ਖਾਣਾ ਉਥੇ ਤਾਂ ਲੱਗਣ ਗਿਆ ਜੇ ਆਦਿਵਾਸੀ ਲੋਕਾਂ ਨੂੰ ਉਥੋਂ ਬਾਹਰ ਕੱਢਾਂਗੇ ਬਾਰ ਕੱਢਣ ਦਾ ਬਹਾਨਾ ਇਹ ਕਿ ਤੁਹਾਡਾ ਬਕਾਸ ਕਰਨਾ ਤੁਹਾਨੂੰ ਪੜ੍ਹਾਈ ਪਾਉਣਾ ਤੁਹਾਨੂੰ ਉਹ ਦੋਨੇ ਹੱਥ ਜੋੜ ਰਹੇ ਨੇ ਕਿ ਸਾਨੂੰ ਬਖਸ਼ ਦਿਓ ਅਸੀਂ ਜਿਹੇ ਜੇ ਜ਼ਿੰਦਗੀ ਜਿਉਂ ਰਹਿਆ ਸਾਨੂੰ ਇਸ ਤਰੀ ਰਹਿਣ ਦਿਓ ਮੈਂ ਉਹਨਾਂ ਨੂੰ ਸਿਆਣੇ ਸਮਝਦਾ ਸਾਡੇ ਕੋਲੋਂ ਨਹੀਂ ਇਹ ਹੋਇਆ ਜਦੋਂ ਸਾਡੀਆਂ ਪੰਜਾਲੀਆਂ ਖੋਈਆਂ ਨੇ ਸਾਡੇ ਬਲਦ ਖੋਏ ਨਹੀਂ ਸਾਡੇ ਦੁੱਧੇ ਰੜਕਣੇ ਖੋਏ ਨੇ ਉਦੋਂ ਸਾਡੇ ਲੋਕ ਹੀ ਕਹਿਣ ਲੱਗੇ ਤੂੰ ਤਾਂ ਪੁਰਾਣੇ ਵਿਚਾਰਾਂ ਦਾ ਬੰਦਾ ਹੈ ਬਾਈ ਜੂਰੀਆ ਨਹੀਂ ਬਰਤਨ ਦਿੰਦਾ ਜੇ ਕਿਸੇ ਇੱਕ ਘਰ ਨੇ ਆਕੀ ਹੋ ਕੇ ਕਹਿ ਵੀ ਤਾ ਤੇ ਬੱਚਾ ਨੂੰ ਵੀ ਦੇਖੋ ਇਹ ਸਮਾਨ ਨਾ ਵਰਤਿਓ ਠੱਗੀ ਹੈ ਤਾਂ ਬੱਚੇ ਬੁੜੇ ਕਿ ਨਹੀਂ ਪੈਗੇ بیا ਨਾਲ ਦੇ ਦੇ 25 ਮਣ ਤੋਂ 50 ਮਣ ਹੋ ਗਈ ਮੇਰੇ ਉਹੀ 15 ਮਣ ਹੋਈ ਆ ਕਣਕ ਅਸੀਂ ਸਮਝ ਨਹੀਂ ਸਕਿਆ ਉਹਦੀ ਚਾਲ ਨੂੰ ਹਾਕਮ ਚਾਲਾਂ ਚਲਦਾ ਇਹ ਇਹੀ ਹੈ ਨਵੀਂ ਕਚਾਲ ਮੈਂ ਬੜੀ ਲੰਮੀ ਮੇਰੇ ਖਿਆਲ ਚ ਆਪਣੀ ਪਈ ਆ ਤ ਨਹੀਂ ਬਾਈ ਬੋਲ ਹਾਂ ਕਿਉਂਕਿ ਮੈਂ ਲੰਮੀ ਤਕਰੀਰ ਹੈ ਮੇਰੀ ਤਾਂ ਮੈਂ ਤਾਂ 1 ਘੰਟਾ ਬੋਲੀ ਜਾਊਗਾ ਮੈਂ ਚਾਹੁੰਦਾ ਇਹ ਸਿਰਫ ਮੈਂ ਇੱਕ ਗੱਲ ਕਰਕੇ ਆਪਣੀ ਗੱਲ ਸਮਾਪਤ ਕਰੂੰਗਾ ਮੈਂ ਉਧਰ ਲਈ ਲਾਈਨ ਕੱਢਦਾ ਦੀਵਾਲੀ ਦਾ ਤਿਹਾਰਾ ਹੈ ਕੱਲ ਨੂੰ ਦੀਵਾਲੀ ਹੈ ਸਨੇਹਾ ਆਇਆ ਅੱਜ ਵੀ ਅੱਜ ਦਿਨ ਚ ਆਪਣੇ ਪੰਜਾਬ ਚੋਂ ਕੁਝ ਹਿੱਸਾ ਨਵਾਂ ਚੜ ਕੇ ਆ ਰਿਹਾ ਹੈ ਵੀ ਦੀਵਾਲੀ ਦੀ ਰਾਤ ਕੱਠ ਨਾ ਕੱਟ ਜੇ ਤੁਸੀਂ ਵੀ ਇਸ ਦਿਵਾਲੀ ਨੂੰ ਤਿਹਾਰ ਨਾ ਮੰਨੋ ਦਿਵਾਲੀ ਵਾਲੀ ਰਾਤ ਆਪਾਂ ਨੂੰ ਹੋਰ ਚਕੰਨੇ ਹੋਣਾ ਪਊਗਾ ਇਹ ਮੋਰਚਾ ਦੁਸ਼ਮਣ ਇਹਦੇ ਮੌਕੇ ਨੂੰ ਤੱਕਦਾ ਹੁੰਦਾ ਹੈ 11 ਮਹੀਨੇ ਹੋ ਗਏ ਆਪਣੀਆਂ ਪੈਟਰੋਲ ਤੇ ਗੱਡੀਆਂ ਰਾਤ ਨੂੰ ਚੱਲਦੀਆਂ ਨੇ ਪਹਿਲਾਂ ਉਹਨਾਂ ਦਾ ਸਮਾਂ 9 ਵਜੇ ਚੱਲਣ ਦਾ ਸੀ ਹੁਣ ਉਹ 8 ਵਜੇ ਚੱਲਿਆ ਕਰਨਗੇ ਆ ਪਹਿਲਾਂ ਆਪਣੇ ਦੋ ਮੁਖ ਨਾਕਿਆਂ ਦੇ ਇੱਕ ਬਲੌਰ ਚਾਂਗ ਇੱਕ ਪਕੌੜਾ ਚਾਂਗ ਦੋ ਨਾਕੇ ਲੱਗਦੇ ਸੀ ਦੀਵਾਲੀ ਵਾਲੀ ਰਾਤ ਤੇ ਅੱਜ ਦੀ ਰਾਤ ਇਹ ਨਾਕਿਆਂ ਚ ਵਧਾਰਾ ਕਰਨਾ ਹੈ ਕੈਂਪਾਂ ਦੇ ਵਿੱਚ ਜਿਹੜੇ ਤੁਸੀਂ ਬੈਠੇ ਹੋ ਆਪ ਵਿੱਚ ਕੰਨੇ ਰਹਿਣਾ ਇੱਕ ਇੱਕ ਬੰਦਾ ਆਪਦੀ ਜ਼ਿੰਮੇਵਾਰੀ ਸਮਝੋ ਪਹਿਰੇਦਾਰ ਰਹੋ ਕਿਉਂਕਿ ਹਾਕਮ ਜਮਾਤ ਬਹੁਤ ਚਲਾਕ ਹੈ ਪੈਸੇ ਦੇ ਕੇ ਕਿਸੇ ਤੋਂ ਸ਼ਰਾਰਤ ਕਰਵਾ ਸਕਦੀ ਹੈ ਇਹਦੇ ਵਾਸਤੇ ਤੁਸੀਂ ਚਕੰਨੇ ਰਹਿਣਾ ਹੈ ਕੱਲ ਨੂੰ ਮੈਂ ਸਮਝਦਾ ਕੱਲ ਨੂੰ ਦਵਾਇਦਾ ਤਿਹਾਰ ਹੈ ਕੱਲ ਨੂੰ ਆਪਣੀ ਸਟੇਜ ਚੱਲਣੀ ਹੈ ਪੂਰਾ ਪੰਡਾਲ ਭਰਨਾ ਚਾਹੀਦਾ ਹੈ ਤੇ 7 ਤਰੀਕ ਵਾਲੇ ਦਿਨ ਐਤਵਾਰ ਵਾਲੇ ਦਿਨ ਜਦੋਂ ਆਪਣੀ ਸਟੇਜ ਬੰਦ ਹੁੰਦੀ ਹੈ ਐਤਵਾਰ ਨੂੰ ਐਤਵਾਰ ਨੂੰ ਜਿਹੜੀਆਂ ਭੈਣਾ ਟਰੱਕੇ ਠਾਕੇ ਸ਼ਹਾਦਤ ਦੇ ਗਈਆਂ ਉਹਨਾਂ ਦਾ ਸ਼ਰਧਾਂਜਲੀ ਸਮਾਗਮ ਮਨਾਵਾਂਗੇ ਆਪਾਂ ਐਸੇ ਸਟੇਜ ਤੋਂ ਜਿਹੜੀ ਛੁੱਟੀ ਤੋਂ ਨੂੰ ਐਤਵਾਰ ਦੀ ਕਰਦੇ ਹੁੰਦੇ ਸੀ ਉਹ ਸੋਮਵਾਰ ਦੀ ਕਰਾਂਗੇ ਇਸ ਕਰਕੇ ਸਾਰੇ ਸਾਥੀਆਂ ਨੂੰ ਅਪੀਲ ਹੈ ਵੀ 6 ਤਰੀਕ ਨੂੰ ਭੈਣਾ ਦੀ ਗਿਣਤੀ ਵਧਾਉਣੀ ਹੈ ਕਿਉਂਕਿ ਭੈਣਾ ਸਰਦਾਂਗਲੀ ਸਮਾਗਮ ਉਹਦੇ ਭੈਣਾ ਦਾ ਹੋਣਾ ਤੇ ਪੰਡਾਲ ਦਾ ਅੱਧਾ ਹਿੱਸਾ ਭੈਣਾ ਦਾ ਭਰਿਆ ਹੋਣਾ ਚਾਹੀਦਾ ਸੋ ਇਹਨਾਂ ਬੇਨਤੀਆਂ ਨਾਲ ਕਿਉਂਕਿ ਸਾਡੇ ਸਾਥੀਆਂ ਦਾ ਇੱਕ ਸੁਨੇਹਾ ਆਇਆ ਸੀ ਕਲਾਕਾਰਾਂ ਦਾ ਵੀ ਉਹਨਾਂ ਨੇ ਸਾਡੀ ਸਟੇਜ ਤੇ ਆਉਣਾ ਹੈ ਅਸੀਂ ਉਹਨਾਂ ਦੇ ਆਉਣ ਤੇ ਉਹਨਾਂ ਦਾ ਧੰਨਵਾਦ ਕਰਦੇ ਆਂ ਬਾਕੀ ਜਿਹੜਾ ਰਹਿੰਦਾ ਸਮਾਂ ਉਹਨਾਂ ਨੇ ਤੁਹਾਡੇ ਨਾਲ ਲਾਉਣਾ ਹੈ ਮੈਂ ਆਪਦਾ ਸਮਾਂ ਕੱਟ ਕਰਦਾ ਹੋਇਆ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਆਪਣੀ ਥਾਂ ਲੈਣਾ ਧੰਨਵਾਦ